ਪਹਿਲੂ ਖਾਨ ਦੇ ਕੇਸ 'ਚ ਕੋਰਟ ਦੇ ਫੈਸਲੇ 'ਤੇ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਹੈਰਾਨੀ ਜ਼ਾਹਿਰ ਕੀਤੀ ਹੈ। ਪ੍ਰਿਯੰਕਾ ਨੇ ਕਿਹਾ ਕਿ ਪਹਿਲੂ ਖਾਨ ਮਾਮਲੇ 'ਚ ਲੋਅਰ ਕੋਰਟ ਦਾ ਫੈਸਲਾ ਹੈਰਾਨ ਕਰਨ ਵਾਲਾ ਹੈ। ਸਾਡੇ ਦੇਸ਼ 'ਚ ਅਣਮਨੁੱਖਤਾ ਦੀ ਕੋਈ ਥਾਂ ਨਹੀਂ ਹੋਣੀ ਚਾਹੀਦੀ ਅਤੇ ਭੀੜ ਵੱਲੋਂ ਕਤਲ ਇੱਕ ਭਿਆਨਕ ਅਪਰਾਧ ਹੈ। ਪ੍ਰਿਯੰਕਾ ਨੇ ਕਿਹਾ ਕਿ ਰਾਜਸਥਾਨ ਸਰਕਾਰ ਵੱਲੋਂ ਭੀੜ ਵੱਲੋਂ ਕਤਲ ਵਿਰੁੱਧ ਕਾਨੂੰਨ ਬਣਾਉਣ ਦੀ ਪਹਿਲ ਸ਼ਲਾਘਾਯੋਗ ਹੈ। ਆਸ ਹੈ ਕਿ ਪਹਿਲੂ ਖਾਨ ਮਾਮਲੇ 'ਚ ਨਿਆਂ ਦਿਵਾ ਕੇ ਇਸ ਦਾ ਚੰਗਾ ਉਦਾਹਰਣ ਪੇਸ਼ ਕੀਤਾ ਜਾਵੇਗਾ। ਰਾਜਸਥਾਨ ਦੇ ਪਹਿਲੂ ਖਾਨ ਮੌਬ ਲੰਚਿੰਗ ਮਾਮਲੇ 'ਚ ਕੋਰਟ ਨੇ ਸਾਰੇ ਦੋਸ਼ੀਆਂ ਨੂੰ ਵਰੀ ਕਰ ਦਿੱਤਾ ਸੀ। ਅਲਵਰ ਜ਼ਿਲ੍ਹਾ ਕੋਰਟ ਨੇ ਸਬੂਤਾਂ ਦੀ ਕਮੀ ਦੇ ਆਧਾਰ 'ਤੇ ਦੋਸ਼ੀਆਂ ਨੂੰ ਸੱਕ ਦਾ ਲਾਭ ਦਿੰਦੇ ਹੋਏ ਵਰੀ ਕਰ ਦਿੱਤਾ ਹੈ।